ایٹیاں گوڑیاں جگتے چھاواں لبدیاں نہیں تر جاون اک وار تے ماں لبدیاں نہیں ہے تر جاون اک وار تے ماں لبدیاں نہیں پتر پاویں لکھ جہان تو مندے نے پر ماوایا کھن سار جگ تو چنگے نے او پتر پاویں لکھ جہان تو مندے نے پر ماوایا کھن سار جگ تو چنگے نے ہور کسے تو انج وفاواں لبدیاں نہیں ہائے تر جاون اک وار تے ماواں لبدیاں نہیں ہے تر جاون اک وار تے ماں لبدیاں نہیں او ماں دے وانگو کنے درد ونڈاونا اے ادھی راتی بوا کھڑکیا کنے آنا اے او ماں دے وانگو کنے درد ونڈاونا اے ادھی راتی بوا کھڑکیا کنے آنا اے لبدیاں نہیں تر جاون اک وار تے ماں لبدیاں نہیں او کم اک دوستا آکھاں تینوں کر جاویں کتے ماں دے مرن تو پہلا پہلا مر جاویں او کم اک دوست آیا کھاں تینوں کر جاویں کتے ماں دے مرن تو پہلا پہلا مر جاویں تے جگ اتے پھر مرن نو تھاواں لبدیاں نہیں تر جاون اک وار تے ماں لبدیاں نہیں ہائے تر جاون اک وار تے ماں لبدیاں نہیں او ماں دا شاکر انت وچھوڑا سینا اے پھر آپے ٹکنا آپے اٹھنا پینا اے پوت
बिस्मिल्ला मेरा पुत बिस्मिल्ला दिया फेर सदावां लभ दिया नहीं तुर जावण एक बार ते मावां लभ दिया नहीं। और जिन्हें मां दी दिलों खिदमत कीती होवे मां मर भी जावे दुनिया तो चली भी जावे और रोंदा काटे लेकिन इस गल ते खुशी खुशी उहदे दिल नूं की हुंदी है तुप्पां दा नी डर मैनू छावां मेरे नाल ने ए लोको मेरी मां दियां शिकर दोपहर जदो याद मादी आउंदी लगदा ए ठंडियां हवावां मेरे नाल ने लोको मेरी मादियां दुआवां मेरे नाल ने लोको मेरी मादियां दुआवां मेरे नाल ने पावे लखाने पन पन मेरी माँ दा सदका रोग पावे लखाने पन मेरी माँ दा सदका लोड नहीं दवाइयां दी शिफावा मेरे नाल ने लोको मेरी माँ दिया दुआवा मेरे नाल ने दुआवां मेरे नाल ने मां मरे ते पे कई मुकदे ओ प्यो मरे कर वेला शाला मरन नवीर किसे उजड़ जांदा जे मेला बाप मरे है बाप मरे सिर नंगा होवे बाप मरे सिर नंगा वीर मरण कंड खाली मामा बाज मोहम्मद बख्शा ए कौन करे रखवाली रोग जड़ा ते जिस दा नाम बिछोड़ा सजन जिना दे टुर जांदे ने कदरों बनो थोड़ा पैसा आ जाए
ਤੇ ਬਾਹਰੋਂ ਵੀ ਜਿਹੜਾ ਦੂਰ ਦਾ ਰਿਸ਼ਤੇਦਾਰ ਹੁੰਦਾ ਉਹ ਕਹਿੰਦਾ ਮੇਰਾ ਕਜ਼ਨ ਹੈ, ਮੇਰਾ ਫਸਟ ਕਜ਼ਨ ਹੈ। ਤੇ ਜੇ ਮੁੱਕ ਜਾਏ ਉਹ ਪੁੱਛੇ ਯਾਰ ਉਹ ਤੇਰਾ ਕਜ਼ਨ ਨਹੀਂ, ਉਹ ਸਾਡੇ ਦੂਰ ਦੇ ਰਿਸ਼ਤੇਦਾਰ। ਤੇ ਅੱਲਾ ਦੇ ਵਲੀ, ਅੱਲਾ ਦਾ ਫਕੀਰ ਜਦੋਂ ਗੱਲ ਕਰਦਾ ਪੂਰੀ ਲਾਈਫ ਦੀ ਗੱਲ ਕਰਦਾ। ਸਭ ਰੋਗਾਂ ਤੋਂ ਰੋਗ ਜੇ ਡਾਡਾ ਜਿਸ ਦਾ ਨਾਮ ਗਰੀਬੀ, ਕੰਡ ਵਲਾ ਕੇ ਨਸ ਜਾਂਦੇ ਨੇ ਰਿਸ਼ਤੇਦਾਰ ਕਰੀਬੀ। ਤੇ ਦੁਨੀਆ ਤੇ ਜਿਸ ਦੁੱਖ ਨਹੀਂ ਪਾਇਆ, ਕਿਉਂ ਆਇਆ ਕਿਵੇਂ ਆਇਆ, ਪੁੱਛ ਉਵੈਸ ਬਿਲਾਲ ਦੇ ਕੋਲੋਂ ਉਹਨਾਂ ਕਿਵੇਂ ਯਾਰ ਮਨਾ। ਅੱਲਾਹ ਤਾਲਾ ਤੁਹਾਨੂੰ ਸਾਰਿਆਂ ਨੂੰ ਸਲਾਮਤ ਰੱਖੇ, ਤੁਹਾਨੂੰ ਸਾਰਿਆਂ ਨੂੰ। ਬੰਦਾ ਕਹਿੰਦਾ ਹੈ ਕਾਰੀ ਸਾਹਿਬ ਜਦੋਂ ਅਸੀਂ ਪੁੱਠੇ ਕੰਮ ਕਰਦੇ ਸੀ ਕਦੀ ਕਿਸੇ ਨੇ ਕੁਛ ਨਹੀਂ ਕਿਹਾ, ਹੁਣ ਨਮਾਜ਼ਾਂ ਸ਼ੁਰੂ ਕਰਤੀਆਂ ਨੇ। ਤੇ ਕਹਿੰਦੇ ਮਸਜਿਦ 'ਚ ਜਾ ਕੇ ਕਹਿੰਦੇ ਤੂੰ ਕਿੱਧਰ, ਤੂੰ ਕਿੱਧਰ ਆ ਗਿਆ, ਤੇਰਾ ਇੱਥੇ ਕੀ ਕੰਮ ਹੈ। ਨਿਜ਼ਾ ਦੇ ਵਕਤ ਤੋਂ ਪਹਿਲੇ ਪਹਿਲੇ ਤੌਬਾ ਕਬੂਲ ਕਰ ਲੈਂਦਾ ਅੱਲਾਹ। ਤੇ ਜੇ ਬੰਦਾ ਆ ਹੀ ਗਿਆ ਤੇਰਾ ਘਰ ਹੈ, ਤੇ ਰੱਬ ਦਾ ਘਰ ਹੈ ਯਾਰ, ਆ ਹੀ ਗਿਆ ਤੂੰ ਨਮਾਜ਼ ਤੇ ਪੜ੍ਹਨ ਦੇ, ਤੂੰ ਕਿੱਧਰ। ਅੱਲਾਹ ਦੇ ਬੰਦੇ ਆ, ਸ਼ਾਇਦ ਤੇਰੇ ਇਹ ਲਫ਼ਜ਼ ਹੀ ਫੜਿਆ ਜਾਵੇ। ਮੈਂ ਇੱਕ ਸ਼ੇਰ ਤੁਹਾਨੂੰ ਸੁਣਾਉਣਾ, ਅੱਲਾਹ ਤਾਲਾ ਤੁਹਾਨੂੰ ਇਸਤਕਾਮਤ ਦੇਵੇ। ਬੰਦਾ ਕਹਿੰਦਾ ਪੁੱਠੇ ਕੰਮ ਕਰਦੇ ਸੀ ਤੇ ਇੰਜ ਤੇ ਸਿੱਧੇ ਰਸਤੇ ਤੇ ਆਏ ਹਾਂ ਤੇ ਹੁਣ ਸਾਨੂੰ ਹਰ ਬੰਦਾ ਤਾਨੇ ਮਿਹਣੇ। ਤੇ ਮੈਂ ਕਿਹਾ ਪਹਿਲੇ ਉਹਦੇ ਰਸਤੇ 'ਚ ਜੋ ਸੀ ਉਹਨੇ ਤੇ ਸਹੂਲਤਾਂ ਹੀ ਦੇਣੀਆਂ ਨੇ ਨਾ, ਤੇ ਹੁਣ ਉਹਦਾ ਰਸਤਾ ਛੱਡ ਦਿੱਤਾ ਹੈ, ਹੁਣ ਅਸਲ ਰਸਤੇ ਵੱਲ ਆ ਗਿਆ, ਹੁਣ ਉਹਨੇ ਚੂੰਡੀਆਂ ਤੇ ਵੱਢਣੀਆਂ ਨੇ। ਕਦੀ ਯਾਰ ਦੇ ਵਿੱਚ ਆ ਕੇ, ਕਦੀ ਰਿਸ਼ਤੇਦਾਰ ਦੇ ਵਿੱਚ ਆ ਕੇ, ਕਦੀ ਕਿਹਦੇ ਵਿੱਚ ਆ ਕੇ। ਉਹ ਬੰਦਾ ਉਹ ਨਹੀਂ ਬੋਲਦਾ, ਉਹ ਬੋਲਦਾ ਜਿਹਦੀ ਉਂਗਲੀ ਫੜ ਕੇ ਚੱਲਦਾ ਰਿਹਾ। ਤੇ ਮੈਂ ਇੱਕ ਸ਼ੇਰ ਪੇਸ਼ ਕਰਨ ਲੱਗਾ, ਜੇ ਕਰਮ ਹੋ ਜਾਏ ਮੁਰਸ਼ਿਦ ਮਿਲ ਜਾਏ, ਸਿੱਧਾ ਰਾਹ ਮਿਲ ਜਾਏ। ਮੁਰਸ਼ਿਦ ਕਹਿੰਦੇ ਰਾਹ ਦੱਸਣ ਵਾਲੇ ਨੂੰ, ਗਾਈਡਰ ਨੂੰ, ਗਾਈਡ ਕਰਨ ਵਾਲੇ ਨੂੰ, ਠੀਕ ਹੈ। ਤੇ ਜੇ ਮਿਲ ਜਾਏ ਤੇ ਫਿਰ ਕਿਸੇ ਦੀਆਂ ਗੱਲਾਂ 'ਚ ਨਹੀਂ ਆਉਣਾ ਤੇ ਟੈਨਸ਼ਨ ਵੀ ਨਹੀਂ ਲੈਣੀ, ਕੁਛ ਨਹੀਂ ਹੁੰਦਾ, ਤਕਲੀਫਾਂ ਆਉਂਦੀਆਂ ਹੀ ਉਦੋਂ ਨੇ। ਲੱਖਾਂ ਬੇਰ ਬਚਪਨ 'ਚ ਤੁਸੀਂ ਵੀ ਖਾਂਦੇ ਹੋਵੋਗੇ, ਮੈਂ ਵੀ ਬਹੁਤ ਖਾਧਾ। ਔਰ ਵੱਟਾ ਸੀ ਉਹਦੇ ਤੇ ਮਾਰੀ ਦਾ ਸੀ ਜਿਹੜਾ ਥੋੜਾ ਜਿਹਾ ਲਾਲ ਹੁੰਦਾ ਸੀ, ਜਿਹੜਾ ਪੱਕ ਗਿਆ ਉਹ ਮਿੱਠਾ। ਬੋਲੋ ਤਰਾ, ਜਿਹੜਾ ਪੱਕ ਗਿਆ ਤੇ ਵੱਟਾ ਕਿਹਨੂੰ ਵੱਜਦਾ, ਜਿਹੜਾ ਮਿੱਠਾ ਹੈ ਲਾਲ ਹੋ ਜਾਏ। ਤਵੱਜੋ, ਅੱਲਾਹ ਦੇ ਵਲੀ ਨੇ ਕੀ ਲਿਖਿਆ, ਲੱਖਾਂ ਪੇਰ ਤੇਰੀ ਨੂੰ ਲੱਗਦੇ, ਤੇ ਝੜ ਜਾਂਦੇ ਨੇ ਕੱਚੇ, ਆ ਜਿਹੜੇ ਪੱਕੇ ਹੋਣ ਮੁਹੰਮਦ ਉਹੀ ਖਾਂਦੇ ਵੱਟੇ। ਅੱਛਾ, ਯਕੀਨ ਕਰੋ ਕਿ ਬਾਹਰਲੇ ਮੁਲਕਾਂ 'ਚ ਅਕਸਰ ਇੰਜ ਹੋ ਜਾਂਦਾ, ਉਹ ਕਹਿੰਦਾ ਨਮਾਜ਼ ਪੜ੍ਹਨ ਨਹੀਂ ਜਾਣ ਦੇਣਾ। ਇੱਕ ਬੰਦਾ ਬੜਾ ਪੱਕਾ ਸੀ, ਉਹ ਕਹਿੰਦਾ ਕਾਰੀ ਸਾਹਿਬ ਮੈਂ ਨੌਕਰੀ ਉੱਥੇ ਹੀ ਕਰਨੀ ਹੈ ਜਿੱਥੇ ਨਮਾਜ਼ ਦਾ ਸਿਸਟਮ ਹੋਵੇ। ਅੱਛਾ, ਉਹਨੂੰ ਬਹੁਤ ਅੱਛੀ ਨੌਕਰੀ ਸੀ ਤੇ ਉਹਨਾਂ ਨੇ ਬਹੁਤ ਉਹਦੀ ਪਾਬੰਦੀਆਂ ਅਜੀਬ ਜਿਹੀਆਂ ਲਾਈਆਂ, ਲੇਕਿਨ ਉਹਨੇ ਜੌਬ ਛੱਡ ਦਿੱਤੀ। ਹਾਲਾਂਕਿ ਪੈਸੇ ਅੱਛੇ ਸੀ ਉੱਥੇ ਉਹਦੇ ਸਟੇਟਸ ਦੇ ਮੁਤਾਬਕ, ਛੱਡੀ ਕਿਉਂ, ਕਿ ਉਹ ਨਮਾਜ਼ ਪੜ੍ਹਨ ਨਹੀਂ ਜਾਣ ਦਿੰਦੇ ਸੀ। ਛੱਡੀ, ਦੇਖੋ ਕੈਸੀ ਗੱਲ ਹੈ। ਬੰਦਾ ਦੀਨ ਨਾਲ ਹੋ ਕੇ ਦੁਨੀਆ ਵੱਲ ਜਾਵੇ ਦੋਨੋਂ ਕੰਮ ਸਹੀ ਹੁੰਦੇ ਨੇ, ਤੇ ਜੇ ਦੁਨੀਆ ਵੱਲ ਹੋ ਕੇ ਇੱਧਰ ਆਵੇ ਤਾਂ ਕੋਈ ਕੰਮ ਵੀ ਠੀਕ ਨਹੀਂ ਹੁੰਦਾ, ਉਹਨੂੰ ਲੱਗਦਾ ਬਹੁਤ ਅੱਛਾ ਹੋ ਰਿਹਾ, ਹੁੰਦਾ ਨਹੀਂ। ਅੱਛਾ, ਫਿਰ ਉਹਨੂੰ ਅੱਲਾਹ ਤਾਲਾ ਨੇ ਉਹਦੇ ਤੇ ਰਹਿਮਤ ਐਸੀ ਕਿ ਪਹਿਲੇ ਉਹਦਾ ਇਮਤਿਹਾਨ ਲਿਆ, ਪਹਿਲੇ ਫਿਰਦਾ ਰਿਹਾ ਉਂਝ, ਲੇਕਿਨ ਉਹਦਾ ਯਕੀਨ ਪੱਕਾ ਸੀ ਮਿਲੇਗੀ।
ਉਹਦੇ ਤੋਂ ਅੱਛੀ ਨੌਕਰੀ ਮਿਲੀ ਔਰ ਰਿਸਪੈਕਟ ਵੀ ਉਹਦੀ ਜ਼ਿਆਦਾ ਹੋਈ। ਉਹਨੂੰ ਆਪ ਸਾਰੇ ਕਹਿੰਦੇ ਸੀ ਭਾਈ ਟਾਈਮ ਹੋ ਗਿਆ। ਮੈਂ ਸਿਰਫ ਇੱਕ ਗੱਲ ਤੁਹਾਨੂੰ ਸਮਝਾਉਣਾ ਚਾਹ ਰਿਹਾ, ਆ ਦੁਨੀਆਂ ਤੇ ਉਹ ਸੁੱਖ ਨਹੀਂ ਪਾਉਂਦਾ, ਸੁੱਖ ਨਹੀਂ ਪਾਉਂਦਾ, ਸੁੱਖ ਨਹੀਂ ਪਾਉਂਦਾ ਜਿਹੜਾ ਦੋ ਘਰਾਂ ਦਾ ਸਾਂਝਾ ਇੱਕੋ ਹੀ ਪਾਸਾ ਰੱਖ ਲੈਣੀ ਹੀਰੇ ਯਾ ਖੇੜੇ ਯਾ ਰਾਂਝਾ। ਅੱਜ ਤੁਹਾਨੂੰ ਗੁਜ਼ਾਰਿਸ਼ ਕਰਨਾ ਜਿੰਨੇ ਮੇਰੇ ਭਾਈ ਬੈਠੇ ਹੋ, ਅਗਰ ਕਿਸੇ ਨਾਲ ਕੋਈ ਅਦਾਵਤ ਹੈ ਕਿਸੇ ਦੀ, ਕਿਸੇ ਨਾਲ ਹੋ ਜਾਂਦੀ ਛੋਟੀ ਜਿਹੀ ਗੱਲ ਤੇ, ਉਹ ਅੱਜ ਖਤਮ ਕਰਕੇ ਉੱਠਣਾ ਹੈ। ਦੇਖੋ ਮਹਿਫਲੇ ਨਾਂ ਤੇ ਹਜ਼ੂਰ ਦਾ ਜ਼ਿਕਰ ਹੈ, ਕਿਸੇ ਨਾਲ ਵੀ ਨਾਰਾਜ਼ਗੀ ਹੈ, ਕਿਸੇ ਦੀ ਮਾਂ ਪਿਓ ਨਾਲ ਹੀ ਹੋ ਜਾਂਦੀ ਹੈ, ਭੈਣ ਭਰਾ ਨਹੀਂ ਹੋ ਜਾਂਦੀ, ਕਿਸੇ ਨਾਲ ਵੀ ਹੈ, ਅੱਜ ਇਰਾਦਾ ਕਰੋ। ਔਰ ਮੇਰਾ ਸ਼ੇਰ ਸੁਣੋ, ਅੱਲਾ ਦੇ ਵਲੀ ਨੇ ਲਿਖਿਆ, ਹੋ ਚੰਗੀ ਮੰਦੀ ਸਜਣਾ ਯਾਰ ਯਾਰਾਂ ਦਾ ਗਿਲਾ ਨਹੀਂ ਕਰਦੇ, ਗਿਲਾ ਨਹੀਂ ਕਰ ਅਸਲ ਪ੍ਰੀਤ ਜਿਣਾ ਜਿਣਾ ਓ ਯਾਰ ਯਾਰਾਂ ਦਾ ਗਿਲਾ ਨਹੀਂ ਕਰਦੇ, ਅਸਲ ਪ੍ਰੀਤ ਜਿਣਾ।